ਟੀਵੀ ਐਂਡ ਦੇਖਣ ਵਾਲੇ ਸਮੁੱਚੇ ਦਰਸ਼ਕਾਂ ਨੂੰ ਦਵਿੰਦਰ ਸਿੰਘ ਬੈਣੀਪਾਲ ਵੱਲੋਂ ਪਿਆਰ ਅਤੇ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ ਦਾ ਬੈਣੀਪਾਲ ਸ਼ੋਅ ਵਿੱਚ ਤੁਹਾਡਾ ਸਭਨਾਂ ਦਾ ਨਿੱਘਾ ਸਵਾਗਤ ਆਓ ਦੋਸਤੋ ਰਲ ਮਿਲ ਕੇ ਕੁਝ ਖਬਰਾਂ ਕੁਝ ਘਟਨਾਵਾਂ ਦੇ ਉੱਤੇ ਵਿਚਾਰ ਵਟਾਂਦਰਾ ਕਰ ਲਈਏ ਪਰ ਖਬਰਾਂ ਕਿਹੜੀਆਂ ਨੇ ਘਟਨਾਵਾਂ ਕਿਹੜੀਆਂ ਨੇ ਸਭ ਤੋਂ ਪਹਿਲਾਂ ਸੰਖੇਪ ਦੇ ਵਿੱਚ ਤੁਹਾਡੇ ਨਾਲ ਸਾਂਝੀਆਂ ਕਰਦਾ ਹੈ ਅਫਗਾਨਿਸਤਾਨ ਦੇ ਉਪ ਰਾਸ਼ਟਰਪਤੀ ਸਾਲੇ ਨੇ ਖੁਦ ਨੂੰ ਐਲਾਨਿਆ ਰਾਸ਼ਟਰਪਤੀ ਤਾਲੀਬਾਨਾਂ ਨੇ ਔਰਤਾਂ ਨੂੰ ਸਰਕਾਰ ਵਿੱਚ ਸ਼ਾਮਲ ਹੋਣ ਦੀ ਕੀਤੀ اپੀਲ ਅਫਗਾਨਿਸਤਾਨ ਦੇ ਤਾਜ਼ਾ ਹਾਲਾਤਾਂ ਲਈ ਜ਼ਿੰਮੇਵਾਰ ਕੌਣ ਰਾਸ਼ਟਰਪਤੀ ਬਾਈਡਨ ਨੇ ਦਿੱਤੀ ਆਪਣੀ ਪ੍ਰਤੀਕਿਰਿਆ ਨਿਊਜ਼ੀਲੈਂਡ ਵਿੱਚ ਰਿਸ਼ਵਤ ਦੇਣ ਦੇ ਚੱਕਰ ਕਾਰਨ ਇੱਕ ਪੰਜਾਬੀ ਨੌਜਵਾਨ ਨੂੰ ਮਿਲਿਆ ਦੇਸ਼ ਨਿਕਾਲਾ ਕੈਨੇਡਾ ਵਿੱਚ ਚੋਣ ਸਰਵੇਖਣ ਦੇ ਨਤੀਜਿਆਂ ਵਿੱਚ ਫਿਲਹਾਲ ਟਰੂਡੋ ਦੀ ਲਿਬਰਲ ਪਾਰਟੀ ਦੀ ਛੰਡੀ ਕੇਜਰੀਵਾਲ ਨੇ ਉੱਤਰਾਖੰਡ ਦੇ ਮੁੱਖ ਮੰਤਰੀ ਦੇ ਚਿਹਰੇ ਦਾ ਕੀਤਾ ਐਲਾਨ ਅਤੇ ਅਕਾਲੀ ਦਲ ਨੇ ਪੇਸ਼ ਕੀਤੀ ਕਾਂਗਰਸ ਸਰਕਾਰ ਖਿਲਾਫ 4 ਸ਼ੀਟ ਦੋਸਤੋ ਆ ਕੁਝ ਖਬਰਾਂ ਕੁਝ ਘਟਨਾਵਾਂ ਨੇ ਜਿਨ੍ਹਾਂ ਦਾ ਅੱਜ ਦੇ ਇਸ ਪ੍ਰੋਗਰਾਮ ਦੌਰਾਨ ਜ਼ਿਕਰ ਰਹੇਗਾ ਤੁਹਾਨੂੰ ਸਭਨਾਂ ਨੂੰ ਬੇਨਤੀ ਹੈ ਕਿ ਜੇਕਰ ਹਾਲੇ ਤੱਕ ਤੁਸੀਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਜ਼ਰੂਰ ਔਨ ਕਰ ਲੈਣੀ ਤਾਂ ਕਿ ਰੋਜ਼ਾਨਾ ਜਦੋਂ ਲਾਈਵ ਪ੍ਰੋਗਰਾਮ ਪੇਸ਼ ਕੀਤਾ ਜਾਂਦਾ ਹੈ ਜਾਂ ਇਹ ਪ੍ਰੋਗਰਾਮ ਅਪਲੋਡ ਕਰ ਦਿੱਤਾ ਜਾਂਦਾ ਹੈ ਸਮੇ ਸਿਰ ਤੁਹਾਡੇ ਤੱਕ ਜਾਣਕਾਰੀਆਂ ਪਹੁੰਚ ਸਕਣ ਤੇ ਤੁਸੀਂ ਪ੍ਰੋਗਰਾਮ ਦਾ ਹਿੱਸਾ ਬਣ ਸਕੋ ਆਓ ਹੁਣ ਇਕੱਲੀ ਇਕੱਲੀ ਖਬਰ ਦੀ ਤਹਿ ਤੱਕ ਜਾਣ ਦੀ ਕੋਸ਼ਿਸ਼ ਕਰੀਏ ਸਭ ਤੋਂ ਪਹਿਲੀ ਸਭ ਤੋਂ ਵੱਡੀ ਖਬਰ ਜਿਸ ਦੇ ਉੱਤੇ ਦੁਨੀਆ ਭਰ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਨੇ ਉਹ ਹੈ ਅਫਗਾਨਿਸਤਾਨ ਅਫਗਾਨਿਸਤਾਨ ਦੇ ਵਿੱਚ ਕਾਬਲ ਨੂੰ ਆਪਣੇ ਕਬਜ਼ੇ ਵਿੱਚ ਕਰ ਲਿਆ ਅਫਗਾਨਿਸਤਾਨ ਨੂੰ ਆਪਣੇ ਕਬਜ਼ੇ ਵਿੱਚ ਕਰ ਲਿਆ ਤਾਲਿਬਾਨ ਨੇ ਤੇ ਆਪਣੀ ਸਰਕਾਰ ਬਣਾਉਣ ਦੀ ਤਿਆਰੀ ਦੇ ਵਿੱਚ ਉਹ ਜੁਟਿਆ ਹੋਇਆ ਹੈ اسی درمیان افغانستان ਦੇ ਉਪ ਰਾਸ਼ਟਰਪਤੀ ਅਮਰullah ਸਲੇ ਨੇ ਉਹਨਾਂ ਨੇ ਖੁਦ ਨੂੰ ਦੇਸ਼ ਦਾ ਕੇਅਰ ਟੇਕਰ ਭਾਵ ਰਾਸ਼ਟਰਪਤੀ ਐਲਾਨ ਦਿੱਤਾ ਹੈ ਉਹਨਾਂ ਨੇ ਕਿਹਾ ਕਿ ਸਾਰੇ ਲੀਡਰਾਂ ਦੇ ਉਸ ਸੰਪਰਕ ਵਿੱਚ ਨੇ ਤਾਂ ਕਿ ਉਹਨਾਂ ਦੀ ਮਦਦ ਅਤੇ ਸਹਿਮਤੀ ਨਿਸ਼ਚਿਤ ਕੀਤੀ ਜਾ ਸਕੇ ਅਮਰullah ਸਲੇ ਨੇ ਇੱਕ ਟਵੀਟ ਦੇ ਰਾਹੀਂ ਇਹ ਜਾਣਕਾਰੀ ਦਿੱਤੀ ਹੈ ਉਹਨਾਂ ਨੇ ਲਿਖਿਆ ਕਿ افغانستان ਦੇ ਸੰਵਿਧਾਨ ਦੇ ਮੁਤਾਬਕ ਰਾਸ਼ਟਰਪਤੀ ਦੇ ਅਸਤੀਫੇ ਰਾਸ਼ਟਰਪਤੀ ਦੀ ਮੌਤ ਜਾਪਾ ਜ ਜਾਣ ਜਾਂ ਗੈਰ ਮੌਜੂਦਗੀ ਵਿੱਚ ਉਥੋਂ ਦਾ ਜਿਹੜਾ ਉਪ ਰਾਸ਼ਟਰਪਤੀ ਹੈ ਉਹ ਕੇਅਰ ਟੇਕਰ ਦੇ ਵਜੋਂ ਰਾਸ਼ਟਰਪਤੀ ਬਣ ਜਾਂਦਾ ਹੈ ਉਹਨਾਂ ਕਿ ਹੱਕ ਮੈਂ ਵਰਤਮਾਨ ਦੇ ਵਿੱਚ ਅਫਗਾਨਿਸਤਾਨ ਦੇ ਅੰਦਰ ਲੀਗਲ ਕੇਅਰ ਟੇਕਰ ਰਾਸ਼ਟਰਪਤੀਆਂ ਸਾਰੇ ਨੇਤਾਵਾਂ ਨਾਲ ਸੰਪਰਕ ਕਰ ਰਹੇ ਹਨ ਤਾਂ ਕਿ ਉਹਨਾਂ ਦਾ ਸਮਰਥਨ ਅਤੇ ਸਹਿਮਤੀ ਬਣਾ ਸਕੀਏ ਪਰ ਦੂਸਰਾ ਪੱਖ ਇਸ ਟਵੀਟ ਦਾ ਇਹ ਹੋ ਸਕਦਾ ਹੈ ਕਿ ਕੀ ਸੱਚਮੁੱਚ ਸਾਲੇ ਨੇ ਜਿਹੜਾ ਇਹ ਟਵੀਟ ਕੀਤਾ ਕਿ ਟਵੀਟ ਉਹਨਾਂ ਨੇ ਇਹ ਆਪ ਕੀਤਾ ਕਿਉਂਕਿ ਬੀਤੇ ਦਿਨਾਂ ਦੇ ਵਿੱਚ ਕੁਝ ਜਿਹੜੇ ਅਫਗਾਨੀ ਲੀਡਰ ਨੇ ਉਹਨਾਂ ਦੇ ਜਿਹੜੇ ਟਵਿੱਟਰ ਅਕਾਊਂਟਸ ਹਨ ਹੈਕ ਹੋ ਚੁੱਕੇ ਸੀ ਉਹ ਆਪਣੇ ਆਪ ਉਹਤੇ ਨਾ ਕੁਝ ਦੇਖ ਸਕਦੇ ਸੀ ਨਾ ਦੇਖ ਸਕਦੇ ਸੀ ਨਾ ਉਹਦੇ ਵਿੱਚ ਐਂਟਰ ਹੋ ਸਕਦੇ ਸੀ ਪਰ ਆਹ ਆਏ ਟਵੀਟ ਦੇ ਅਨੁਸਾਰ ਸਾਲੇ ਨੇ ਆਪਣੇ ਆਪ ਨੂੰ ਉਥੋਂ ਦਾ ਰਾਸ਼ਟਰਪਤੀ ਐਲਾਨ ਦਿੱਤਾ ਕਿਉਂਕਿ ਅਸ਼ਰਫ ਗਾਨੀ ਮੁਰਕ ਛੱਡ ਚੁੱਕੇ ਨੇ ਭੱਜ ਚੁੱਕੇ ਨੇ ਤੇ ਦੂਸਰੇ ਪਾਸੇ ਜਦੋਂ ਉਪ ਰਾਸ਼ਟਰਪਤੀ ਨੇ ਆਪਣੇ ਆਪ ਨੂੰ ਉਥੋਂ ਦਾ ਰਾਸ਼ਟਰਪਤੀ ਐਲਾਨਿਆ ਤਾਂ ਤਾਲਿਬਾਨਾਂ ਨੇ ਪੂਰੇ ਅਫਗਾਨਿਸਤਾਨ ਦੇ ਵਿੱਚ ਇੱਕ ਨਵਾਂ ਐਲਾਨ ਕਰ ਦਿੱਤਾ ਹੈ ਤਾਲਿਬਾਨਾਂ ਦਾ ਅਫਗਾਨਿਸਤਾਨ ਵਿੱਚ ਐਲਾਨ ਇਹ ਹੈ ਕਿ ਆਮ ਮੁਆਫੀ ਅਤੇ ਨਾਲ ਹੀ ਉਹਨਾਂ ਨੇ ਕਿਹਾ ਕਿ ਜਿਹੜੀਆਂ ਅਫਗਾਨੀ ਔਰਤਾਂ ਨੇ ਅਫਗਾਨਣਾ ਨੇ ਉਹਨਾਂ ਨੂੰ ਸਰਕਾਰ ਦੇ ਵਿੱਚ ਸ਼ਾਮਲ ਹੋਣ ਦੀ ਵੀ ਅਸੀਂ ਅਪੀਲ ਕਰਦੇ ਹਾਂ ਹੁਣ ਇਹ ਦੋ ਮੁੱਖ ਕਾਰਨ ਨੇ ਪਹਿਲਾ ਤਾਂ ਇਹ ਇਹ ਸਾਰਿਆਂ ਨੂੰ ਆਮ ਮੁਆਫੀ ਤਾਂ ਕਿ ਲੋਕ ਉਹਨਾਂ ਦੇ ਹੱਕ ਵਿੱਚ ਹੋ ਜਾਣ। ਦੂਸਰੀ ਗੱਲ ਸ਼ਾਇਦ ਕਾਰਨ ਇਹ ਹੋ ਸਕਦਾ ਹੈ ਕਿ ਲੋਕਾਂ ਦੇ ਵਿੱਚ ਸ਼ੱਕ ਪੈਦਾ ਹੋ ਚੁੱਕਿਆ ਹੈ। ਜਿਸ ਕਾਰਨ ਉਹਨਾਂ ਦੇ ਸ਼ਾਸਨ ਤੋਂ ਬਚਣ ਵਾਸਤੇ ਲੋਕ ਕਾਬਲ ਤੋਂ ਭੱਜਦੇ ਦੌੜ ਦੇ ਵਿੱਚ ਤੇ ਨਜ਼ਰ ਆਈ ਸੀ। ਹਵਾਈ ਅੱਡੇ ਦੀਆਂ ਕੁਝ ਤਸਵੀਰਾਂ, ਕੁਝ ਵੀਡੀਓ ਤੁਹਾਡੇ ਨਾਲ ਸਾਂਝੇ ਕੀਤੇ ਸੀ ਹਫੜਾ-ਦਫੜੀ ਦਾ ਮਾਹੌਲ ਸੀ। ਕਈ ਲੋਕਾਂ ਦੀ ਜਾਨ ਵੀ ਚਲੀ ਗਈ ਸੀ। ਕੁਝ ਲੋਕ ਤੁਸੀਂ ਵੇਖਿਆ ਹੋਣਾ ਜਿਵੇਂ ਟਰਾਲੀ ਤੇ ਜਾਇਦਾ ਮੇਲੇ ਨੂੰ ਹਵਾਈ ਜਹਾਜ਼ ਦੇ ਉੱਪਰ ਜਿਹੜਾ ਕਿ ਅਮਰੀਕਾ ਦਾ ਜਹਾਜ਼ ਸੀ ਕਤਰ ਨੂੰ ਉਹਨਾਂ ਨੇ ਉੱਥੋਂ ਲੈ ਕੇ ਜਾਣਾ ਸੀ ਕੁਝ ਲੋਕ ਅਧ ਅਸਮਾਨ ਨੂੰ ਡਿੱਗਦੇ ਨਜ਼ਰ ਆਏ ਸੀ ਉਹ ਸਭ ਕੁਝ ਹਫੜਾ ਦਫੜੀ ਦਾ ਮਾਹੌਲ ਸੀ ਅਤੇ ਲਗਭਗ 600 ਲੋਕ ਉਸ ਜਹਾਜ਼ ਦੇ ਵਿੱਚ ਸਵਾਰ ਹੋ ਗਏ ਸਨ ਇਹ ਸਾਰੀਆਂ ਘਟਨਾਵਾਂ ਤੋਂ ਬਾਅਦ ਤਾਲਬਾਨਾਂ ਨੇ ਐਲਾਨ ਕਰ ਦਿੱਤਾ ਕਿ ਆਮ ਮੁਆਫੀ ਅਤੇ ਔਰਤਾਂ ਸਾਡੀ ਸਰਕਾਰ ਦਾ ਹਿੱਸਾ ਬਣਨ ਅਫਗਾਨਿਸਤਾਨ ਦੇ ਵਿੱਚ ਤਾਲਬਾਨ ਨੇ ਕਬਜ਼ਾ ਕੀਤਾ ਇਹ ਵੈਸੇ ਅਲੋਕਾਰੀ ਦੀ ਗੱਲ ਆ ਕਿ ਬਗੈਰ ਕਿਸੇ ਲੜਾਈ ਦੇ ਉਹਨਾਂ ਨੇ ਅਫਗਾਨਿਸਤਾਨ ਤੇ ਕਬਜ਼ਾ ਕਰ ਲਿਆ ਜਿਹੜਾ 1990 ਦੇ ਦਹਾਕੇ ਦਾ ਸ਼ਾਸਨ ਸੀ ਲੋਕ ਵੈਸ਼ੀ ਸ਼ਾਸਨ ਕਹਿੰਦੇ ਆ ਪਰ ਉਹਦੇ ਉਲਟ ਬਿਲਕੁਲ ਤਾਲਬਾਨ ਆਪਣੇ ਆਪ ਨੂੰ ਨਰਮ ਦਿਖਾਉਣ ਦੀਆਂ ਕੋਸ਼ਿਸ਼ਾਂ ਵਿੱਚ ਲੱਗਿਆ ਹੋਇਆ ਪਰ ਅਫਗਾਨਿਸਤਾਨ ਦੇ ਲੋਕ ਹਾਲੇ ਬਹੁਤ ਸਹਿਮੇ ਹੋਏ ਨੇ ਡਰੇ ਹੋਏ ਨੇ ਚਿੰਤਾਜਨਕ ਸਥਿਤੀ ਵਿੱਚ ਨੇ ਪਰ ਦੂਸਰੇ ਪਾਸੇ ਤਾਲਬਾਨ ਦੇ ਸੱਭਿਆਚਾਰ ਕਮਿਸ਼ਨ ਦੇ ਮੈਂਬਰ ਨੇ ਇਮਾਨੁੱਲਾ ਸਨਮਾਨ ਉਹਨਾਂ ਨੇ ਪਹਿਲੀ ਵਾਰ ਸੰਗੀ ਪੱਤਰ ਤੇ ਇੱਕ ਟਿੱਪਣੀ ਕੀਤੀ ਹੈ ਕਿ ਕਾਬਲ ਵਿੱਚ ਜੰਗ ਦੀ ਕੋਈ ਵੱਡੀ ਘਟਨਾ ਹਾਲੇ ਤੱਕ ਦਰਜ ਨਹੀਂ ਕੀਤੀ ਗਈ। ਤਾਲਵਾਨ ਵੱਲੋਂ ਜੇਲ੍ਹਾਂ ਤੇ ਕਬਜ਼ਾ ਕਰਕੇ ਕੈਦੀ ਨੂੰ ਆਜ਼ਾਦ ਕਰਵਾਉਣ, ਹਥਿਆਰਾਂ ਨੂੰ ਲੁੱਟਣ ਦੀ ਘਟਨਾ ਤੋਂ ਬਾਅਦ ਲੋਕ ਘਰਾਂ ਵਿੱਚ ਕੈਦ ਹੋਏ ਬੈਠੇ ਨੇ, ਡਰੇ ਬੈਠੇ ਨੇ, ਸਹਿਮੇ ਹੋਏ ਨੇ। ਤੇ ਕੀ ਔਰਤਾਂ ਖਦਸ਼ੇ ਪ੍ਰਗਟਾ ਰਹੀਆਂ ਨੇ ਕਿ ਅਫਗਾਨਿਸਤਾਨ ਦੇ ਪੁਨਰ ਨਿਰਮਾਣ ਦੌਰਾਨ ਔਰਤਾਂ ਨੂੰ ਹੋਰ ਅਧਿਕਾਰ ਦੇਣ ਦਾ ਪੱਛਮੀ ਪ੍ਰਯੋਗ ਤਾਲਬਾਨ ਦੇ ਸ਼ਾਸਨ ਵਿੱਚ ਕਾਇਮ ਨਹੀਂ ਰਹਿਣਾ ਦੂਸਰੇ ਪਾਸੇ ਤਾਲਬਾਨਾਂ ਦੇ ਇਸ ਬੁਲਾਰੇ ਨੇ ਕਿਹਾ ਕਿ ਇਸਲਾਮੀ ਅਮੀਰਾਤ ਭਾਵੇਂ ਤਾਲਬਾਨਾਂ ਨੇ ਜਿਹੜਾ ਅਫਗਾਨਿਸਤਾਨ ਨੂੰ ਨਵਾਂ ਨਾਂ ਦਿੱਤਾ ਹੈ ਕਿ ਇਸਲਾਮੀ ਅਮਰਾਤ ਨਹੀਂ ਚਾਹੁੰਦਾ ਕਿ ਔਰਤਾਂ ਪੀੜਤ ਹੋਣ ਉਹਨਾਂ ਨੂੰ ਸ਼ਰੀਆ ਕਾਨੂੰਨ ਦੇ ਤਹਿਤ ਸਰਕਾਰੀ ਢਾਂਚੇ ਵਿੱਚ ਕਹਿੰਦੇ ਸ਼ਾਮਲ ਹੋਣਾ ਚਾਹੀਦਾ ਹੈ ਉਹਨਾਂ ਇਹ ਵੀ ਕਿਹਾ ਕਿ ਸਰਕਾਰ ਦਾ ਢਾਂਚਾ ਅਸਲ ਦੇ ਵਿੱਚ ਭਾਵੇਂ ਹਾਲੇ ਤੱਕ ਸਪਸ਼ਟ ਨਹੀਂ ਕਿ ਕਿਹੋ ਜਿਹਾ ਹੋਏਗਾ ਪਰ ਕਹਿੰਦੇ ਮੈਂ ਤਜਰਬੇ ਨਾਲ ਕਹਿ ਸਕਦਾ ਹਾਂ ਕਿ ਪੂਰੀ ਤਰ੍ਹਾਂ ਇਸਲਾਮਕ ਅਗਵਾਈ ਵਾਲਾ ਹੋਏਗਾ ਸਾਰੇ ਲੋਕ ਇਹਦੇ ਵਿੱਚ ਸ਼ਾਮਲ ਕੀਤੇ ਜਾਣਗੇ ਤੇ ਨਾਲ ਉਹਨਾਂ ਨੇ ਇਹ ਵੀ ਆਖਿਆ ਕਿ ਜਿਹੜੇ ਇੱਥੇ ਰਹਿ ਰਹੇ ਲੋਕ ਨੇ ਉਹ ਚੰਗੀ ਤਰ੍ਹਾਂ ਜਾਣਦੇ ਆ ਕਿ ਤਾਲਿਬਾਨ ਇਸਲਾਮੀ ਕਾਨੂੰਨ ਹੀ ਲਾਗੂ ਕਰੇਗਾ ਤੇ ਉਹਦੀ ਪਾਲਣਾ ਵੀ ਕਰਨੀ ਪਵੇਗੀ ਪਰ ਅਸੀਂ ਕਿਸੇ ਨੂੰ ਜ਼ਬਰਨ ਇਸਲਾਮ ਕਬੂਲ ਨਹੀਂ ਕਰਵਾਵਾਂਗੇ ਤੇ ਤਾਲਿਬਾਨ ਅਸਲ ਦੇ ਵਿੱਚ ਆਪਣੀ ਇੱਕ ਨਵੀਂ ਦਿੱਖ ਪੇਸ਼ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਉਹਦੀ ਇੱਕ ਤਾਜ਼ਾ ਉਦਾਹਰਨ ਸਾਹਮਣੇ ਆਈ ਹੈ ਕਿ ਇੱਕ ਟੀਵੀ ਚੈਨਲ ਦੀ ਐਂਕਰ ਪਰ ਐਂਕਰ ਮਹਿਲਾ ਐ ਐਂਕਰ ਹੈ ਅੱਜ ਤੱਕ ਕਦੀ ਨਹੀਂ ਹੋਇਆ ਕਿ ਕਿਸੇ ਮਹਿਲਾ ਐਂਕਰ ਦੇ ਨਾਲ ਤਾਲਬਾਨਾਂ ਨੇ ਇੰਟਰਵਿਊ ਦਿੱਤੀ ਹੋਵੇ ਜਿਸ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ ਸ਼ਾਇਦ ਤਾਲਬਾਨ ਇਹ ਦੱਸਣ ਦੀ ਕੋਸ਼ਿਸ਼ ਕਰ ਰਹੇ ਨੇ ਕਿ ਅਸੀਂ ਔਰਤਾਂ ਨੂੰ ਆਪਣੇ ਪਹਿਲੇ ਸ਼ਾਸਨ ਵਾਂਗ ਡੱਕ ਕੇ ਨਹੀਂ ਰੱਖਾਂਗੇ ਡਰਾ ਕੇ ਨਹੀਂ ਰੱਖਾਂਗੇ ਪਰ ਇਹ ਸਭ ਕੁਝ ਹੋ ਗਿਆ ਸੱਤਾ ਦੀ ਤਬਦੀਲੀ ਹੋ ਰਹੀ ਹੈ لوگ افغانستان ਛੱਡ ਕੇ ਭੱਜਣਾ ਚਾਹੁੰਦੇ ਐ ਪਰ ਇਹਦੇ ਪਿੱਛੇ ਦਰਅਸਲ ਜ਼ਿੰਮੇਵਾਰ ਕੌਣ ਹੈ ਕਿਉਂਕਿ ਅਫਗਾਨ ਦੇ ਉੱਤੇ ਤਾਲਿਬਾਨਾਂ ਨੇ ਕਬਜ਼ਾ ਕਰ ਲਿਆ ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਦੀ ਕੱਲ ਇਹਦੇ ਉੱਤੇ ਆਪਣੀ ਪ੍ਰਤੀਕਿਰਿਆ ਆਈ ਉਹਨਾਂ ਨੇ ਬਿਆਨ ਦਿੱਤਾ ਵਾਈਟ ਹਾਊਸ ਤੋਂ ਰਾਸ਼ਟਰ ਦੇ ਨਾਮ ਉਹਨਾਂ ਦਾ ਸੰਦੇਸ਼ ਸੀ ਜਿਹੜਾ ਉਹ ਕਹਿੰਦੇ ਪੂਰੀ ਦੁਨੀਆ ਦੀਆਂ ਨਿਗਾਹਾਂ ਟਿਕੀਆਂ ਹੋਈਆਂ ਨੇ افغانستان ਤੇ ਉਹਨਾਂ ਕਿਹਾ ਕਿ افغانستان ਦੇ ਵਿੱਚ ਜਿਹੜੇ ਮੌਜੂਦਾ ਹਾਲਾਤ ਬਣੇ ਹੋਏ ਨੇ ਉਦੇ ਵਾਸਤੇ ਕੋਈ ਹੋਰ ਨਹੀਂ ਜ਼ਿੰਮੇਵਾਰ ਉਥੋਂ ਦੇ ਰਾਸ਼ਟਰਪਤੀ ਅਸ਼ਰਫ ਗਨੀ ਖੁਦ ਨੇ ਉਹਨਾਂ ਨੂੰ ਕਹਿੰਦੇ ਇਸ ਔਖੇ ਵਕਤ ਦੇ ਵਿੱਚ ਮਾੜੇ ਵਕਤ ਦੇ ਵਿੱਚ ਆਪਣੇ ਲੋਕਾਂ ਦੀ ਮਦਦ ਕਰਨੀ ਚਾਹੀਦੀ ਸੀ ਅਫਗਾਨਿਸਤਾਨ ਵਿੱਚ ਮੌਜੂਦ ਰਹਿਣਾ ਚਾਹੀਦਾ ਸੀ ਪਰ ਉਹ ਕੀਦੇ ਹਵਾਲੇ ਛੱਡ ਕੇ ਭੱਜੇ ਆ ਉਹ ਤਾਂ ਦੌੜ ਹੀ ਗਏ ਉਹ ਕਹਿੰਦੇ ਜਿੱਥੋਂ ਤੱਕ ਸਾਡੀਆਂ ਫੌਜਾਂ ਨੂੰ ਅਫਗਾਨਿਸਤਾਨ ਵਿੱਚੋਂ ਹਟਾਏ ਜਾਣ ਦੀ ਗੱਲ ਹੈ ਅਸੀਂ ਆਪਣੇ ਫੈਸਲੇ ਤੇ ਕਾਇਮ ਰਹਾਂਗੇ ਹਾਲਾਂਕਿ ਉਹਨਾਂ ਨੇ ਇਹ ਗੱਲ ਦੁਹਰਾਈ ਕਿ ਅੱਤਵਾਦ ਦੇ ਖਿਲਾਫ ਸਾਡੀ ਜੰਗ ਜਾਰੀ ਰਹੂਗੀ ਉਹ ਕਹਿੰਦੇ ਅਫਗਾਨਿਸਤਾਨ ਦੇ ਵਿੱਚ 3 ਲੱਖ ਫੌਜ ਖੜੀ ਕੀਤੀ ਗਈ ਸੀ ਅਰਬਾਰ ਪੈ ਸਾਡੇ ਖਰਚ ਕੀਤੇ ਗਏ 트ੰਪ ਦੇ ਸਮੇਂ ਅਫਗਾਨਿਸਤਾਨ ਚ 15000 ਤੋਂ ਜ਼ਿਆਦਾ ਫੌਜੀ ਸਨ ਤੇ ਇਸ ਸਮੇਂ ਸਿਰਫ 2000 ਫੌਜੀ ਰਹਿ ਗਏ ਸੀ ਤੇ ਅੱਜ ਕਹਿੰਦੇ ਇਸ ਵਕਤ 6000 ਫੌਜੀ ਕਾਬਲ ਚ ਨੇ 에어ਪੋਰਟ ਦੀ ਸੁਰੱਖਿਆ ਕਰ ਰਹੇ ਨੇ ਬਾਈਡਨ ਨੇ ਕਿਹਾ ਕਿ ਇਸ ਦੇ باوجود ਅਸੀਂ ਅਫਗਾਨਿਸਤਾਨ ਨੂੰ ਅੱਗੇ ਵਧਾਉਣਾ ਚਾਹੁੰਦੇ ਸੀ ਉਹਨਾਂ ਮੰਨਿਆ ਕਿ ਆਹ ਜਿਹੜੀਆਂ ਘਟਨਾਵਾਂ ਵਾਪਰੀਆਂ ਨੇ ਜਾਂ ਹੋਈਆਂ ਨੇ ਇਹ ਸਾਡੇ ਕੋਲੋਂ ਗਲਤੀਆਂ ਜ਼ਰੂਰ ਹੋਈਆਂ ਨੇ ਪਰ ਕਹਿੰਦੇ ਮੈਂ ਆਪਣੇ ਫੈਸਲੇ ਤੇ ਕਾਇਮ ਸੀ ਕਾਇਮ ਹਾਂ ਤੇ ਕਾਇਮ ਰਹਾਂਗਾ ਅਫਗਾਨਿਸਤਾਨ ਦੇ ਰਾਸ਼ਟਰਪਤੀ ਅਸ਼ਰਫ ਗਨੀ ਕਹਿੰਦੇ ਬਿਨਾਂ ਕਿਸੇ ਲੜਾਈ ਕੀਤਿਆਂ ਉਥੋਂ ਭੱਜ ਗਏ ਅਸੀਂ ਆਪਣੀ ਫੌਜ ਨੂੰ ਕੁਝ ਸਮੇਂ ਲਈ ਹੋਰ ਰੱਖ ਸਕਦੇ ਸੀ ਪਰ ਫੌਜ ਨੂੰ ਉਥੋਂ ਹਟਾਉਣ ਦਾ ਫੈਸਲਾ ਸਾਡਾ درست ਹੈ ਉਹ ਕਹਿੰਦੇ ਅਸੀਂ ਨਾਗਰਿਕਾਂ ਦੀ ਸੁਰੱਖਿਆ ਦੀ ਕੋਸ਼ਿਸ਼ ਕਰਾਂਗੇ ਆਉਣ ਵਾਲੇ ਦਿਨਾਂ 'ਚ ਸਹਿਯਤਾ ਵੀ ਕਰਦੇ ਰਹਿਾਂਗੇ ਅਸੀਂ ਲਗਾਤਾਰ ਲੜਾਈ ਲੜੀ ਅਸੀਂ ਕੋਸ਼ਿਸ਼ ਲਗਾਤਾਰ ਜਾਰੀ ਰੱਖੀ ਹੈ ਉਹਨਾਂ ਇਹ ਵੀ ਆਖਿਆ ਕਿ ਅਸੀਂ ਕਈ ਮੁਲਕਾਂ ਵਿੱਚ ਅੱਤਵਾਦੀ ਗਰੁੱਪਾਂ ਦੇ ਖਿਲਾਫ ਪ੍ਰਭਾਵੀ ਅੱਤਵਾਦ ਵਿਰੁੱਧ ਮੁਹਿੰਮ ਚਲਾਉਂਦੇ ਰਹੇ ਹਾਂ ਜਿੱਥੇ ਸਾਡੇ 27 ਫੌਜੀ ਹਾਜ਼ਰ ਨਹੀਂ ਜ਼ਰੂਰਤ ਪਈ ਤਾਂ ਕਹਿੰਦੇ ਅਸੀਂ ਅਫਗਾਨਿਸਤਾਨ ਦੇ ਵਿੱਚ ਵੀ ਅਜਿਹਾ ਕਰ ਸਕਦੇ ਹਾਂ ਨਾਲ ਉਹਨਾਂ ਨੇ ਇਹ ਵੀ ਆਖਿਆ ਕਿ ਉੱਥੋਂ ਦੇ ਲੋਕਾਂ ਦੀ ਸੁਰੱਖਿਆ ਅਸੀਂ ਕੀਤੀ ਹੈ ਹਾਲੇ ਵੀ ਅਸੀਂ ਆਪਣੇ ਫੌਜੀ ਉੱਥੇ ਭੇਜੇ ਹੋਏ ਨਹੀਂ ਉੱਥੋਂ ਲੋਕਾਂ ਨੂੰ ਬਾਹਰ ਨਿਰੰਤਰ ਕੱਢ ਰਹੇ ਹਾਂ ਪਰ ਦਰਅਸਲ ਇਹ ਅਫਗਾਨਿਸਤਾਨ ਦੇ ਲੋਕਾਂ ਨੇ ਦੇਖਣਾ ਹੈ ਆਖਰਕਾਰ ਇੱਕ ਦਿਨ ਤਾਂ ਉੱਥੋਂ ਦੀ ਵਾਗਡੋਰ ਉੱਥੋਂ ਦੀ ਸਰਕਾਰ ਦੇ ਹਵਾਲੇ ਕਰਨੀ ਪੈਣੀ ਸੀ ਕਿ ਉਹ ਅਫਗਾਨਿਸਤਾਨ ਨੂੰ ਅੱਗੇ ਕਿਵੇਂ ਵਧਾਉਣਾ ਚਾਹੁੰਦੇ ਨੇ ਸੋ ਹੁਣ ਕਿਵੇਂ ਵਧਾਉਣਾ ਚਾਹੁੰਦੇ ਨੇ ਆ ਤੁਸੀਂ ਵੇਖ ਲਿਆ ਕਿ ਅਫਗਾਨਿਸਤਾਨ ਦੇ ਵਿੱਚ ਕੀ ਕੁਝ ਹੋ ਰਿਹਾ ਹੈ ਅਗਲੀ ਕਵੱਡੀ ਤੇ ਮਹੱਤਵਪੂਰਨ ਖਬਰ ਹੈ ਕਿ ਸਾਡੇ ਖੂਨ ਦੇ ਵਿੱਚ ਰਚੀ ਪਈ ਹੈ ਰਿਸ਼ਵਤਖੋਰੀ ਖਬਰ ਉਹ ਨਿਊਜ਼ੀਲੈਂਡ ਵਾਲੇ ਪਾਸਿਓਂ ਆਈ ਹੈ ਕਿ ਰਿਸ਼ਵਤ ਦੇਣ ਦੇ ਚੱਕਰ ਦੇ ਵਿੱਚ ਇੱਕ ਪੰਜਾਬੀ ਨੌਜਵਾਨ ਨੂੰ ਦੇਸ਼ ਨਿਕਾਲੇ ਦਾ ਸਾਹਮਣਾ ਕਰਨਾ ਪੈ ਰਿਹਾ ਪੰਜਾਬ ਹੋਵੇ ਭਾਰਤ ਦਾ ਕੋਈ ਹੋਰ ਹਿੱਸਾ ਹੋਵੇ ਰਿਸ਼ਵਤ ਦੇਣਾ ਰਿਸ਼ਵਤ ਮੰਗਣਾ ਜਾਂ ਰਿਸ਼ਵਤ ਲੈਣਾ ਇੱਕ ਆਮ ਜਿਹਾ ਵਰਤਾਰਾ ਇੱਕ ਆਮ ਜੀ ਗੱਲ ਹੋ ਚੁੱਕੀ ਹੈ ਪਰ ਸਾਰੀ ਦੁਨੀਆ ਵਿੱਚ ਇਹ ਵਰਤਾਰਾ ਨਹੀਂ ਦੁਨੀਆ ਦੇ ਬਹੁਤ ਸਾਰੇ ਮੁਲਕ ਨੇ ਜਿੱਥੇ ਤੁਸੀਂ ਰਿਸ਼ਵਤ ਦੀ ਗੱਲ ਕਰਕੇ ਤਾਂ ਦੇਖੋ ਤੁਹਾਡੇ ਉਲਟੀ ਪੈਗੀ ਆ ਆ ਖਬਰ ਇਸੇ ਤਰ੍ਹਾਂ ਦੀ ਖਬਰ ਹੈ ਕਿ ਦੇਸ਼ਨ ਕਾਲੇ ਦਾ ਸਾਹਮਣਾ ਕਰਵਾ ਦਿੱਤਾ ਇੱਕ ਨੌਜਵਾਨ ਨੂੰ ਇਹ ਵੱਡੀ ਇਹ ਤਾਜ਼ਾ ਉਦਾਹਰਣ ਨਿਊਜ਼ੀਲੈਂਡ ਤੋਂ ਮਿਲੀ ਹੈ ਦੁਨੀਆ ਭਰ ਦੇ ਵਿੱਚ ਨਿਊਜ਼ੀਲੈਂਡ ਤੇ ਡੈਨਮਾਰਕ ਇਸ ਵਕਤ ਘੱਟ ਤੋਂ ਘੱਟ ਪ੍ਰਸ਼ਟ ਮੁਲਕਾਂ ਦੀ ਦਰਜਾ ਵੰਦੀ ਦੇ ਵਿੱਚ ਪਹਿਲੇ ਸਥਾਨ ਤੇ ਨੇ ਜਦੋਂ ਜੇਕਰ ਇੰਡੀਆ ਦੀ ਗੱਲ ਕਰੀਏ ਤਾਂ 86ਵਾਂ ਸਥਾਨ ਹੈ ਭਾਰਤ ਦਾ ਭ੍ਰਿਸ਼ਟਾਚਾਰ ਨੂੰ ਨੱਥ ਪਵੇ ਠੱਲ ਪਵੇ ਜਾਂ ਠੱਲ ਪਾਈ ਜਾ ਸਕੇ ਇਹਦੇ ਵਿੱਚ ਸਭ ਤੋਂ ਵੱਧ ਉਥੋਂ ਦੇ ਨਾਗਰਿਕ ਉਥੋਂ ਦੇ ਅਫਸਰ ਤੇ ਉਥੋਂ ਦੇ ਸਰਕਾਰ ਇਹ ਸਾਰਿਆਂ ਦੇ ਉੱਤੇ ਨਿਰਪਰ ਕਰਦੀ ਹੈ ਗੱਲ ਕਿ ਅਸੀਂ ਰਿਸ਼ਵਤ ਖੋਰੀ ਨੂੰ ਅੱਗੇ ਵਧਾਉਣਾ ਚਾਹੁੰਦੇ ਆ ਜਾਂ ਘਟਾਉਣਾ ਚਾਹੁੰਦੇ ਆ ਨਿਊਜ਼ੀਲੈਂਡ ਤੋਂ ਜਿਹੜੀ ਖਬਰ ਮਿਲੀ ਹੈ ਕਿ ਇੱਕ ਪੁਲਿਸ ਅਫਸਰ ਉਹਨੇ ਤਾਜ਼ਾ ਉਦਾਹਰਣ ਇਮਾਨਦਾਰੀ ਦੀ ਪੇਸ਼ ਕੀਤੀ ਉਹਨੂੰ ਰਿਸ਼ਵਤ ਦੀ ਪੇਸ਼ਕਸ਼ ਕੀਤੀ ਗਈ ਜਿਹੜੀ ਜਾਣਕਾਰੀ ਮਿਲੀ ਹੈ ਅਮਰਸਰ ਜ਼ਿਲ੍ਹੇ ਨਾਲ ਸੰਬੰਧਿਤ ਇੱਕ ਪੰਜਾਬੀ ਨੌਜਵਾਨ ਲਗਭਗ ਉਮਰ 27 ਸਾਲ ਦੇ ਨਾਮ ਨੌਜਵਾਨ ਦਾ ਗੁਰਵਿੰਦਰ ਸਿੰਘ ਅਗਸਤ ਦਾ ਮਹੀਨਾ ਤੇ ਸਾਲ 2014 ਸੀ ਨਿਊਜ਼ੀਲੈਂਡ ਦੇ ਵਿੱਚ ਇਹ ਨੌਜਵਾਨ ਪੜ੍ਹਨ ਵਾਸਤੇ ਗਿਆ ਸੀ ਉੱਚੇਰੀ ਵਿਦਿਆ ਵਾਸਤੇ ਗਿਆ ਸੀ ਪੜ੍ਹਾਈ ਵੀ ਕਰ ਲਈ ਕੰਮਕਾਰ ਵੀ ਉੱਥੇ ਵਧੀਆ ਕਰ ਰਿਹਾ ਸੀ ਪਰ ਮਈ 2019 ਦੇ ਵਿੱਚ ਇੱਕ ਵਾਰ ਪੁਲਿਸ ਨੇ ਉਸ ਨੂੰ ਡਰਾਈਵਿੰਗ ਕਰਦਿਆਂ ਰੋਕਿਆ ਨਿਰਧਾਰਤ ਮਾਤਰਾ ਤੋਂ ਤਕਰੀਬਨ ਦੁੱਗਣੀ ਸ਼ਰਾਬ ਪੀਤੀ ਹੋਈ ਸੀ ਜਦੋਂ ਉਹ ਡਰਾਈਵ ਕਰ ਰਿਹਾ ਸੀ ਡਰਾਈਵ ਕਰਦਾ ਸ਼ਰਾਬੀ ਹਾਲਤ ਵਿੱਚ ਫੜ ਲਿਆ ਗੁਰਵਿੰਦਰ ਸਿੰਘ ਨੇ ਪੁਲਿਸ ਨੂੰ ਮੌਕੇ ਤੇ ਹੀ 200 ਡਾਲਰ ਦੇਣ ਦੀ ਪੇਸ਼ਕਸ਼ ਕਰ ਦਿੱਤੀ ਅਤੇ ਨਾਲ ਹੀ ਕਿਹਾ ਕਿ ਆਹ ਫੜ 200 ਡਾਲਰ ਅਗਲੀ ਕੋਈ ਕਾਨੂੰਨੀ ਕਾਰਵਾਈ ਨਾ ਕਰੀ ਕੰਮ ਰਫਾ ਦਫਾ ਕਰ ਤੂੰ ਕੀ ਲੈਣਾ ਅਕਸਰ ਪੰਜਾਬ ਦੇ ਵਿੱਚ ਇੰਜ ਲੋਕ ਕਰਦੇ ਆ ਨਾਕੇ ਤੇ ਰੋਕੋ লাইਸੈਂਸ ਨਹੀਂ ਪੈਸੇ ਆਰਸੀ ਨਹੀਂ ਪੈਸੇ ਕੋਈ ਹੋਰ ਅਣਗਹਿਲੀ ਕਰਨ ਲਈ ਚੱਕ ਪੈਸੇ ਤੇ ਝਟ ਕੰਮ ਰਫਾ ਦਫਾ ਵੀ ਹੋ ਜਾਂਦਾ ਹੈ ਆਦਤੋਂ ਮਜਬੂਰ ਅਸੀਂ ਪਰ ਉਧਰ ਨਿਊਜ਼ੀਲੈਂਡ ਦਾ ਪੁਲਿਸ ਅਫਸਰ ਇਮਾਨਦਾਰ ਪੁਲਿਸ ਅਫਸਰ ਇਮਾਨਦਾਰ ਮੁਲਕ ਦੀ ਤਾਜ਼ਾ ਉਦਾਹਰਣ ਤੁਹਾਡੇ ਸਾਹਮਣੇ ਪੁਲਿਸ ਅਫਸਰ ਨੇ ਉਹਦੀ ਪੇਸ਼ਕਸ਼ ਤੁਰੰਤ ਠਹਿਰਾ ਦਿੱਤੀ ਸਗੋਂ ਉਸੇ ਚੀਜ਼ ਨੂੰ ਆਧਾਰ ਬਣਾ ਕੇ ਅਗਲੀ ਕਾਰਵਾਈ ਕਰ ਦਿੱਤੀ ਉਹ ਕਹਿੰਦਾ ਡਰੰਕ ਹੈ ਡਰਾਈਵ ਕਰ ਰਿਹਾ ਹੈ ਇਹਦੇ ਤਾਂ ਤਿਰਿਤ ਕਾਰਵਾਈ ਹੋਣੀ ਹੈ ਆ ਜਿਹੜੀ ਰਿਸ਼ਵਤ ਦਿੱਤੀ ਹੈ ਇਹਦੇ ਤੇ ਇੱਕ ਕਾਰਵਾਈ ਹੋਰ ਹੋਣੀ ਹੈ ਅਕਤੂਬਰ ਨਵੰਬਰ 2019 ਦੇ ਵਿੱਚ ਨੌਜਵਾਨ ਭਾਰਤ ਆ ਗਿਆ ਉਸਨੇ ਮਾਰਚ 2020 ਦੇ ਵਿੱਚ ਇੱਕ ਕੀਵੀ ਫਰੂਟ ਠੇਕੇਦਾਰ ਕੋਲ ਕੰਮ ਕੀਤਾ ਜ਼ਰੂਰੀ ਕੰਮ ਦੇ ਵਾਸਤੇ ਵੀਜ਼ਾ ਵੀ ਪ੍ਰਾਪਤ ਕੀਤਾ ਫਿਰ ਹੌਲੀ ਹੌਲੀ ਅਦਾਲਤੀ ਚੱਕਰ ਚੱਲ ਪਿਆ 3 ਫਰਵਰੀ 2021 ਨੂੰ ਇਹ ਨੌਜਵਾਨ ਦੋਸ਼ੀ ਗਰਦਾਨ ਦਿੱਤਾ ਗਿਆ ਗੁਰਵਿੰਦਰ ਸਿੰਘ ਨੂੰ 6 ਮਹੀਨੇ ਦੇ ਵਿੱਚ ਘਰ ਨਜ਼ਰਬੰਦੀ ਕਰ ਦਿੱਤੀ ਗਈ ਨਾਲ 170 ਡਾਲਰ ਦਾ ਜੁਰਮਾਨਾ ਕਹੀਏ ਜਾਂ ਹਰਜਾਨਾ ਕਹੀਏ ਉਹ ਪਾ ਦਿੱਤਾ 6 ਮਹੀਨੇ ਵਾਸਤੇ ਡਰਾਈਵਿੰਗ ਲਾਇਸੈਂਸ ਮੋਰਤਲ ਕਰ ਦਿੱਤਾ ਗਿਆ ਰੱਦ ਕਰ ਦਿੱਤਾ ਗਿਆ 25 ਫਰਵਰੀ ਨੂੰ ਇਮੀਗ੍ਰੇਸ਼ਨ ਤੇ ਪ੍ਰੋਟੈਕਸ਼ਨ ਟ੍ਰਿਬਿਊਨਲ ਵੱਲੋਂ ਇੱਕ ਹੁਕਮ ਸੁਣਾਇਆ ਗਿਆ ਉਹ ਹੁਕਮ ਦੇਸ਼ ਨਿਕਾਲੇ ਦਾ ਇਹ ਹੁਕਮ ਗੁਰਵਿੰਦਰ ਸਿੰਘ ਨੂੰ ਸੁਣਾ ਦਿੱਤਾ ਗਿਆ ਗੁਰਵਿੰਦਰ ਸਿੰਘ ਨੇ ਦੇਸ਼ ਨਿਕਾਲੇ ਤੋਂ ਬਚਣ ਦੇ ਵਾਸਤੇ ਭਾਈਚਾਰੇ ਕੋਲ ਅਪੀਲਾਂ ਕੀਤੀਆਂ ਕਿ ਕਰੋ ਕੋਈ ਲਾ ਵਸੀਲਾ ਕੁਝ ਭਾਈਚਾਰੇ ਦੇ ਲੋਕਾਂ ਨੇ ਕੁਝ ਉਸਦੇ ਦੋਸਤਾਂ ਮਿੱਤਰਾਂ ਨੇ ਕੁਝ ਚਿੱਠੀਆਂ ਪੱਤਰ ਦਿੱਤੇ ਪਰ ਗੁਰਵਿੰਦਰ ਦੇ ਕੰਮ ਨਹੀਂ ਆਏ। ਇਥੋਂ ਤੱਕ ਗੁਰਦੁਆਰਾ ਸਾਹਿਬ ਤੋਂ ਇੱਕ ਲੈਟਰ ਉਸਦੇ ਪ੍ਰਧਾਨ ਨੇ ਵੀ ਦਿੱਤਾ ਕਿ ਇੱਥੇ ਆ ਕੇ ਸੇਵਾ ਸੁਭਾ ਕਰਦਾ ਹੈ ਤਾਂ ਮੁੰਡੇ ਦਾ ਚਾਲ ਚੱਲਣਾ ਬੜਾ ਵਧੀਆ ਹੈ। ਇਹ ਤਾਂ ਸੇਵਾਦਾਰ ਅਤੇ ਵਲੰਟੀਅਰ ਵਰਕ ਬਹੁਤ ਕਰਦਾ ਹੈ। ਇਹਦੇ ਨਾਲ-ਨਾਲ ਗੁਰਵਿੰਦਰ ਨੇ ਅਮਰਸਰ ਦੇ ਆਲੇ-ਦੁਆਲੇ ਇਲਾਕੇ ਉਹਦੇ ਵਿੱਚ ਫੈਲੀ ਹੋਈ ਮਹਾਂਮਾਰੀ ਦਾ ਹਵਾਲਾ ਵੀ ਦਿੱਤਾ ਵਾਸਤਾ ਪਾਇਆਂ ਦਾ ਰਸਲ। ਕਿ ਉੱਥੇ ਮਹਾਂਮਾਰੀ ਫੈਲੀ ਪਈ ਆ ਕੰਮਕਾਰ ਉੱਥੇ ਕੋਈ ਕਰ ਨਹੀਂ ਸਕਦਾ। ਮੈਂ ਇੱਥੇ ਕੰਮਕਾਰ ਕਰਕੇ ਪਿੱਛੇ ਭਾਰਤ ਵੀ ਪੈਸੇ ਭੇਜਣੇ ਹੁੰਦੇ ਨੇ। ਉਦਾਹਰਨਾਵਾਂ ਬੜੀਆਂ ਪੇਸ਼ ਕੀਤੀਆਂ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਦੀ ਚਿੱਠੀ ਲਾਈ ਦੋਸਤਾਂ ਮਿੱਤਰਾਂ ਦੀਆਂ ਚਿੱਠੀਆਂ ਲਾਈਆਂ ਕਿ ਇੱਕ ਚੰਗਾ ਇਨਸਾਨ ਹੈ ਗਲਤੀ ਹੋ ਗਈ ਕਿ ਸਾਰੇ ਪੱਖ ਦਰਕਨਾਰ ਕਰ ਦਿੱਤੇ ਜਾਣ ਪਰ ਟ੍ਰਿਬਿਊਨਲ ਨੇ ਇਹਨਾਂ ਸਾਰੇ ਪੱਖਾਂ ਨੂੰ ਦਰਕਨਾਰ ਕਰਕੇ ਆਖਰਕਾਰ ਫੈਸਲਾ ਸੁਣਾਤਾ ਕਿ ਇਮੀਗ੍ਰੇਸ਼ਨ ਦੇ ਮਾਪਦੰਡਾਂ ਦੇ ਉੱਤੇ ਇਹ ਸਭ ਕੁਝ ਖਰਾ ਨਹੀਂ ਉਤਰਦਾ ਇਥੋਂ ਤੱਕ ਕਿ ਇਮੀਗ੍ਰੇਸ਼ਨ ਟ੍ਰਿਬਿਊਨਲ ਨੇ ਅਮਰਸਰ ਜ਼ਿਲ੍ਹੇ ਦੇ ਸਿਹਤ ਅੰਕੜੇ ਵੀ ਪੇਸ਼ ਕਰ ਦਿੱਤੇ ਕਹਿੰਦੇ ਆ ਚੱਕ ਤੂੰ ਕਹਿੰਦਾ ਉੱਥੇ ਕਰੋਨਾ ਮਹਾਮਾਰੀ ਬਹੁਤ ਫੈਲੀ ਪਈ ਐ ਉਸ ਦਾ ਸਥਿਤੀ ਹੁਣ ਠੀਕ ਐ ਦੂਸਰੀ ਗੱਲ ਜਿਹੜੀ ਉਹਨੇ ਆਖਿਆ ਕਿ ਮੇਰਾ ਹੁਣ ਭਵਿੱਖ ਖਤਰੇ 'ਚ ਹੋ ਜੋ ਕਹਿੰਦੇ ਦੇਖ ਤੂੰ ਇੱਥੋਂ ਨਿਊਜ਼ੀਲੈਂਡ ਦੇ ਵਿੱਚੋਂ ਚੰਗੀ ਪੜ੍ਹਾਈ ਕਰਨ ਲਈ ਉੱਚੀ ਵਿਦਿਆ ਤੇਰੇ ਕੋਲ ਐ ਕੰਮ ਕਰਨ ਦਾ ਚੰਗਾ ਤਜਰਬਾ ਤੇਰੇ ਕੋਲ ਐ ਪੰਜਾਬ ਜਾ ਕੇ ਤੇਰੇ ਲਈ ਇਹ ਸਹਾਇਕ ਸਿੱਧ ਹੋ ਸਕਦੇ ਐ ਜਾਣਕਾਰੀ ਦੇ ਅਨੁਸਾਰ 11 ਜੂਨ ਨੂੰ ਜਿਹੜਾ ਫੈਸਲਾ ਸੁਣਾਇਆ ਗਿਆ ਨੌਜਵਾਨ ਨੂੰ ਅਦਾਲਤ ਨੇ 3 ਮਹੀਨੇ ਦਾ ਵਰਕ ਪਰਮਿਟ ਦੇ ਦਿੱਤਾ ਵਰਕ ਵੀਜ਼ਾ ਦੇ ਦਿੱਤਾ ਤਾਂ ਕਿ ਉਹ ਨਿਊਜ਼ੀਲੈਂਡ ਤੋਂ ਭਾਰਤ ਪਰਤਣ ਤੋਂ ਪਹਿਲਾਂ-ਪਹਿਲਾਂ ਆਪਣੇ ਸਾਰੇ ਕੰਮ ਕਰਨ ਵੇਢ ਸਕੇ ਨਿਪਟਾ ਸਕੇ ਇਨਸਾਨੀਅਤ ਦੇ ਨਾਤੇ ਇੱਕ ਵਧੀਆ ਕਾਮਾ ਇੱਕ ਚੰਗਾ ਕਰਦਾਰ ਸਾਰੀਆਂ ਅਪੀਲਾਂ ਦਰਕਨਾਰ ਹੋ ਗਈਆਂ ਉਹਦੀਆਂ ਇੱਕ ਕੋਸ਼ਿਸ਼ਾਂ ਸਫਲ ਨਹੀਂ ਹੋ ਸਕਿਆ ਤੇ ਹੁਣ ਉਹਨੂੰ ਦੇਸ਼ ਨਿਕਾਲਦਾ ਸਾਹਮਣਾ ਕਰਨਾ ਪੈ ਰਿਹਾ ਸੋ ਬੇਨਤੀ ਹੈ ਕਿ ਆਪਣੀਆਂ ਇਹ ਮਾਰੀਆਂ ਆ ਤਾਂ ਛੱਡ ਕੇ ਆਓ ਜੇਕਰ ਕਿਸੇ ਚੰਗੇ ਮੁਲਕ ਵਿੱਚ ਆਉਨੇ ਆ ਨਹੀਂ ਤਾਂ ਆਹ ਕੰਮ ਕਿਸੇ ਨਾਲ ਵੀ ਹੋ ਸਕਦਾ ਹੈ ਅਗਲੀ ਖਬਰ ਕੈਨੇਡਾ ਵਾਲੇ ਪਾਸਿਓਂ ਖਬਰ ਹੈ ਬੀਤੇ ਦਿਨੀ ਬੀਤੇ ਐਤਵਾਰ ਨੂੰ ਕੈਨੇਡਾ ਦੇ ਵਿੱਚ 43ਵੀਂ ਜਿਹੜੀ ਸੰਸਦ ਸੀ ਉਹ ਭੰਗ ਕਰ ਦਿੱਤੀ ਗਈ ਸੀ 20 ਸਤੰਬਰ ਵਾਸਤੇ ਚੋਣਾਂ ਦਾ ਐਲਾਨ ਕਰ ਦਿੱਤਾ ਗਿਆ ਸੀ ਹੁਣ ਚੋਣਾਂ ਤੋਂ ਬਾਅਦ ਸਾਰੀਆਂ ਪਾਰਟੀਆਂ ਸਾਰੀਆਂ ਪਾਰਟੀਆਂ ਦੇ ਲੀਡਰ ਲੱਗੇ ਹੋਏ ਨੇ ਕਿ ਲੋਕਾਂ ਨੂੰ ਪਰਮਾਇਆ ਜਾਵੇ ਉਹਨਾਂ ਨੂੰ ਦੱਸਿਆ ਜਾਵੇ ਕਿ ਅਸੀਂ ਤੁਹਾਡੇ ਵਾਸਤੇ ਕੀ ਕੀਤਾ ਕੀ ਕਰਾਂਗੇ ਤੇ ਕੀ ਕਰ ਰਹੇ ਹਾਂ ਤੇ ਨਾਲੋਂ ਨਾਲ ਸਰਵੇ ਚੱਲ ਪਏ ਆ ਤਾਜ਼ਾ ਸਰਵੇ ਦੇ ਜਿਹੜੇ ਨਤੀਜੇ ਆਏ ਨੇ ਉਹਨਾਂ ਨਤੀਜਿਆਂ ਦੇ ਮੁਤਾਬਕ ਮਹਿਮ ਦੇ ਜਿਹੜੀ ਇਹ ਸ਼ੁਰੂ ਹੋਈ ਹੈ ਉਹਦੇ ਅਨੁਸਾਰ ਲਿਬਰਲ ਪਾਰਟੀ ਇਸ ਵਕਤ ਚੰਡੀਤੇ ਹੈ ਪੰਜ ਪੁਆਇੰਟਸ ਦੇ ਨਾਲ ਉਹ ਬਾਕੀਆਂ ਨਾਲੋਂ ਅੱਗੇ ਚੱਲ ਰਹੀ ਹੈ ਆਪਣਾ ਫੈਸਲਾ ਬਣਾ ਚੁੱਕੇ ਵੋਟਰਾਂ ਦੇ ਵਿੱਚੋਂ 35% ਲਿਬਰਲ ਪਾਰਟੀ ਨੂੰ ਸਮਰਥਨ ਦੇ ਰਹੇ ਨੇ 20% ਦੀ ਕੰਜ਼ਰਵਟਿਵ ਪਾਰਟੀ ਨੂੰ 20% ਦੀ ਐਨਡੀਪੀ ਪਾਰਟੀ ਨੂੰ 7% ਦੀ ਲੋਕ ਨੇ ਜਿਹੜੇ ਬਲੌਕ ਕਯੂਬਿਕਾ ਨੂੰ ਦੇ ਰਹੇ ਨੇ ਅਤੇ 5% ਦੀ ਲੋਕ ਨੇ ਜਿਹੜੇ ਉਹ ਗ੍ਰੀਨ ਪਾਰਟੀ ਨੂੰ ਤੇ ਪੀਪਲਸ ਪਾਰਟੀ ਆਫ ਕੈਨੇਡਾ ਨੂੰ ਸਿਰਫ 2% ਦੀ ਲੋਕ ਆਪਣਾ ਸਮਰਥਨ ਦੇ ਰਹੇ ਨੇ ਦਰਅਸਲ ਇਹ ਆਨਲਾਈਨ ਸਰਵੇ 13 ਅਗਸਤ ਤੋਂ ਲੈ ਕੇ 15 ਅਗਸਤ ਤੱਕ ਕਰਵਾਇਆ ਗਿਆ ਸੀ ਉਸ ਸਰਵੇ ਦੇ ਨਤੀਜੇ ਨੇ ਜਿਸ ਵਿੱਚ ਕੈਨੇਡਾ ਦੇ 2007 ਲੋਕਾਂ ਨੂੰ ਸ਼ਾਮਲ ਕੀਤਾ ਗਿਆ ਸੀ ਐਤਵਾਰ ਨੂੰ ਚੋਣਾਂ ਦੇ ਐਲਾਨ ਤੋਂ ਬਾਅਦ ਜਸਟਿਨ ਟਰੂਡੋ ਨੇ ਕਿਹਾ ਸੀ ਕਿ ਇਹ ਚੋਣਾਂ ਉਹਨਾਂ ਦੀ ਸਰਕਾਰ ਦੇ ਵੱਲੋਂ ਦਰਅਸਲ ਇਸ ਪੈਂਡੈਮਿਕ ਦੇ ਦੌਰਾਨ ਮਹਾਮਾਰੀ ਦੇ ਦੌਰਾਨ ਕੈਨੇਡਾ ਦੇ ਲੋਕਾਂ ਦੀ ਜਿਹੜੀ ਮਦਦ ਕੀਤੀ ਗਈ ਆ ਉਹ ਇੱਕ ਰੈਫਰੈਂਡਮ ਸਾਬਤ ਹੋਣਕੀਆਂ ਇਸ ਵਾਰ ਚੋਣ ਮੁਹਿੰਮ ਦੇ ਸਿਰਫ 36 ਦਿਨ ਸੀ ਜੋ ਕਿ ਕੈਨੇਡਾ ਦੇ ਇਲੈਕਸ਼ਨ ਕਾਨੂੰਨ ਦੇ ਅਧੀਨ ਸਭ ਤੋਂ ਘੱਟ ਸਮੇਂ ਦੀ ਮੁਹਿੰਮ ਹੈ ਤੇ 20 ਸਤੰਬਰ 2021 ਨੂੰ ਲੋਕਾਂ ਨੇ ਆਪਣਾ ਫੈਸਲਾ ਆਪਣਾ ਫਤਵਾ ਦੇ ਦੇਣਾ ਹੈ ਕਿ ਕੀ ਦੁਬਾਰਾ ਉਹ ਜਸਟਨ ਟਰੂਡੋ ਦੀ ਪਾਰਟੀ ਦੇ ਵਿੱਚ ਵਿਸ਼ਵਾਸ ਰੱਖਦੇ ਐ ਕਨਜ਼ਰਵੇਟਿਵ ਪਾਰਟੀ ਐਨ ਡੀਪੀ ਪਾਰਟੀ ਜਾਂ ਕਿਸੇ ਪਾਰਟੀ ਨੂੰ ਹੋਰ ਚੁਣਦਿਆ ਵੇਖਦੇ ਆ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਕੁਝ ਹੁੰਦਾ ਹੁਣ ਚੱਲਦੇ ਆ ਆਪਾਂ ਭਾਰਤ ਵਾਲੇ ਪਾਸੇ ਦਿੱਲੀ ਦੇ ਮੁੱਖ ਮੰਤਰੀ ਤੇ ਆਪ ਸੁਪਰੀਮੋ ਕੇਜਰੀਵਾਲ ਨੇ ਉੱਤਰਾਖੰਡ ਦੇ ਮੁੱਖ ਮੰਤਰੀ ਦੇ ਚਿਹਰੇ ਦਾ ਐਲਾਨ ਕਰ ਦਿੱਤਾ ਹੈ ਉਤਰਾਖੰਡ ਦੇ ਵਿੱਚ ਵੀ ਅਗਲੇ ਸਾਲ ਚੋਣਾਂ ਹੋਣੀਆਂ ਨੇ ਵਿਧਾਨ ਸਭਾ ਚੋਣਾਂ ਦੇ ਵਿੱਚ ਸਾਬਕਾ ਕਰਨਲ ਅਜੇ ਕੋਠਿਆਲ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਦਾ ਚਿਹਰਾ ਹੋਣਗੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਇਹ ਐਲਾਨ ਖੁਦ ਕੀਤਾ ਦੇਰਾ ਦੂਨ ਦੇ ਵਿੱਚ ਜਾ ਕੇ ਉਹਨਾਂ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਤੇ ਪ੍ਰੈਸ ਕਾਨਫਰੰਸ ਦੌਰਾਨ ਕੇਜਰੀਵਾਲ ਨੇ ਕਿਹਾ ਅੱਜ ਮੈਂ ਦੋ ਵੱਡੇ ਐਲਾਨ ਕਰਨਾ ਹੈ ਪਹਿਲਾ ਐਲਾਨ ਇਹ ਕਿ ਆਉਣ ਵਾਲੀਆਂ ਚੋਣਾਂ ਵਿੱਚ ਉੱਤਰਾਖੰਡ ਸੂਬੇ ਦੇ ਲਈ ਆਪ ਦੇ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਕਰਨਲ ਅਜੇ ਕੋਠਿਆਲ ਹੋਣਗੇ। ਕੁਝ ਦਿਨ ਪਹਿਲਾਂ ਹੀ ਉਪ ਮੁੱਖ ਮੰਤਰੀ ਇੱਥੇ ਆਏ ਸੀ। ਉਹਨਾਂ ਤੋਂ ਬਾਅਦ ਅਸੀਂ ਕਹਿੰਦੇ ਸਰਵੇ ਕਰਵਾਇਆ। ਲੋਕਾਂ ਨੇ ਕਿਹਾ ਜਦੋਂ ਤੋਂ ਉੱਤਰਾਖੰਡ ਦਾ ਗਠਨ ਹੋਇਆ ਹੈ ਉਦੋਂ ਤੋਂ ਕੁਝ ਪਾਰਟੀਆਂ ਨੇ ਰਲ ਰਲ ਕੇ ਮਿਲ ਮਿਲ ਕੇ ਉੱਤਰਾਖੰਡ ਨੂੰ ਪੂਰੀ ਤਰ੍ਹਾਂ ਲੁੱਟਿਆ ਹੈ। ਲੋਕਾਂ ਨੇ ਕਿਹਾ ਕਿ ਹੁਣ ਸਾਨੂੰ ਆਗੂ ਉਹ ਚਾਹੀਦਾ ਹੈ ਜਿਹੜਾ ਦੇਸ਼ ਭਗਤ ਹੋਵੇ ਉਹ ਕਹਿੰਦੇ ਫੌਜੀ ਨਾਲੋਂ ਚੰਗਾ ਤੇ ਵੱਡਾ ਦੇਸ਼ ਭਗਤ ਕੌਣ ਹੋਣਾ ਚਾਹੀਦਾ ਕੌਣ ਹੋ ਸਕਦਾ ਉਹ ਕਹਿੰਦੇ ਲੋਕਾਂ ਨੇ ਕਿਹਾ ਸੀ ਦੇਸ਼ ਭਗਤ ਹੋਵੇ ਤੇ ਫੌਜੀ ਹੋਵੇ ਸਾਨੂੰ ਅਦੇਹਾ ਆਗੂ ਚਾਹੀਦਾ ਹੈ ਜੋ ਆਪਣਾ ਘਰ ਭਰਨ ਦੀ ਬਜਾਏ ਉੱਤਰਾਖੰਡ ਦਾ ਵਿਕਾਸ ਕਰੇ ਭਾਰਤ ਮਾਂ ਦੀ ਸੇਵਾ ਕਰ ਸਕੇ ਉਹ ਕਹਿੰਦੇ ਉਹ ਬੰਦਾ ਆ ਤੁਹਾਡੇ ਸਾਹਮਣੇ ਆ ਅੱਜ ਮੈਂ ਮੁੱਖ ਮੰਤਰੀ ਦੇ ਅਹੁਦੇ ਵਾਸਤੇ ਆਚੇਰਾ ਐਲਾਨ ਰਿਹਾ ਹਾਂ ਤੇ ਦੂਸਰੇ ਪਾਸੇ ਪੰਜਾਬ ਦੇ ਵਿੱਚ ਵੀ ਅਗਲੇ ਸਾਲ ਚੋਣਾਂ ਨੇ ਪੰਜਾਬ ਦੇ ਵਿੱਚ ਵੀ ਸਿਆਸਤ ਗਰਮਾਈ ਹੋਈ ਹੈ ਜਦੋਂ ਉੱਤਰਾਖੰਡ ਦੇ ਵਿੱਚ ਅਰਵਿੰਦ ਕੇਜਰੀਵਾਲ ਪ੍ਰੈਸ ਕਾਨਫਰੰਸ ਕਰ ਰਹੇ ਸੀ ਤੇ ਇੱਧਰ ਪੰਜਾਬ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਲੱਗੇ ਹੋਏ ਸੀ ਸੁਖਬੀਰ ਬਾਦਲ ਹੋਰਾਂ ਨੇ ਕਾਂਗਰਸ ਸਰਕਾਰ ਦੇ ਖਿਲਾਫ ਇੱਕ ਚਾਰਟ ਸ਼ੀਟ ਤਿਆਰ ਕੀਤੀ ਤੇ ਉਹਨੂੰ ਜਨਤਕ ਕਰ ਦਿੱਤਾ ਉਹ ਕਹਿੰਦੇ ਹੁਣ ਇਸ ਚਾਰਟ ਸ਼ੀਟ ਨੂੰ ਸਾਡੀ ਪਾਰਟੀ ਘਰ ਤੱਕ ਘਰ ਘਰ ਤੱਕ ਪਹੁੰਚਾਉਣ ਦੀ ਤਿਆਰੀ ਚ ਹੈ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੁਖਬੀਰ ਬਾਦਲ ਨੇ ਕਿਹਾ ਕਿ ਪਾਰਟੀ ਪੰਜਾਬ ਤੋਂ ਲੋਕਾਂ ਤੋਂ ਇੱਕ ਸੁਝਾਅ ਪੱਤਰ ਭਰਵਾਏਗੀ ਜਿਸ ਵਿੱਚ ਪੁੱਛਿਆ ਜਾਏਗਾ ਕਿ ਦੱਸੋ ਭਾਈ ਤੁਸੀਂ ਕੀ ਚਾਹੁੰਦੇ ਹੋ ਸੁਝਾਅ ਲਏ ਜਾਣਗੇ ਲੋਕਾਂ ਤੋਂ ਤੇ ਨਾਲ ਹੀ ਇੱਕ ਵੈੱਬਸਾਈਟ ਤੇ ਇੱਕ ਮਿਸਟ ਕਾਲ ਨੰਬਰ ਵੀ ਜਾਰੀ ਕੀਤਾ ਗਿਆ ਇੰਨਾ ਹੀ ਨਹੀਂ ਕਿ ਇੱਕ ਘਰ-ਘਰ ਪਹੁੰਚਾਇਆ ਜਾਊਗਾ ਸੁਝਾਅ ਮੰਗੇ ਜਾਣਗੇ ਨਾਲ ਹੀ ਉਹਨਾਂ ਨੇ ਪੰਜਾਬ ਦੇ ਮੁੱਦਿਆਂ ਨੂੰ ਲੈ ਕੇ ਇੱਕ ਰਿਪੋਰਟ ਜਨਤਕ ਕੀਤੀ ਤੇ ਉਹਨਾਂ ਨੇ ਕਿਹਾ ਕਿ ਕੈਪਟਨ ਪਗਵੰਤਾ ਮਾਰ ਕੇਜਰੀਵਾਲ ਸਾਰੇ ਸਿਰੇ ਦੇ ਝੂਠੇ ਰੀ ਉਹ ਕਹਿੰਦੇ ਸਾਰੇ ਇਹ ਬੰਦੇ ਨੇ ਇਹ ਲੀਡਰ ਨੇ ਜਿਹੜੇ ਕਸਮਾ ਖਾ ਕੇ ਵਾਅਦੇ ਕਰਕੇ ਮੁੱਕਰੇ ਨੇ ਉਹ ਕਹਿੰਦੇ ਭਗਵੰਤ ਮਾਨ ਨੇ ਆਪਣੀ ਮਾਂ ਦੀ ਕਸਮ ਖਾਧੀ ਕਿ ਮੈਂ ਅੱਜ ਤੋਂ ਸ਼ਰਾਬ ਨਹੀਂ ਪੀਂਦਾ ਪਰ ਕਹਿੰਦੇ ਨਿਤ ਉਹ ਬੋਤਲ ਪੀ ਕੇ ਸੌਂਦਾ ਹੁਣ ਟਿੱਪਣੀ ਕਰਨੀ ਹੋਵੇ ਕਿ ਭਾਈ ਤੁਸੀਂ ਬੋਤਲ ਖਰੀਦ ਕਿਦਨੇ ਹੋ ਪਰ ਇਹ ਸ਼ਰਿਆਮ ਇੱਕ ਪ੍ਰੈਸ ਕਾਨਫਰੰਸ ਦੇ ਦੌਰਾਨ ਪ੍ਰਧਾਨ ਜੀ ਨੇ ਆਖੀ ਇਹ ਗੱਲ ਕਿ ਬੋਤਲ ਪੀ ਕੇ ਸੌਂਦਾ ਨਾ ਫਿਰ ਕੇਜਰੀਵਾਲ ਨੂੰ ਨਿਸ਼ਾਨੇ ਤੇ ਲੈ ਲਿਆ ਉਹ ਕਹਿੰਦਾ ਕੇਜਰੀਵਾਲ ਨੇ ਆਪਣੇ ਬੱਚਿਆਂ ਦੀ ਝੂਠੀ ਸੌਂ ਖਾਦੀ ਕੇਜਰੀਵਾਲ ਨੇ ਆਖਿਆ ਕਿ ਪਾਰਟੀ ਦੇ ਲੋਕ ਨੇ ਨਾ ਜਿਹੜੇ ਉਹ ਸਭ ਤੋਂ ਉੱਪਰ ਹੁੰਦੇ ਨੇ ਉਹ ਕਹਿੰਦੇ ਉਹਨਾਂ ਨੇ ਜਿੱਥੇ ਇਹ ਗੱਲ ਕਹੀ ਉੱਥੇ ਨਾਲ ਉਹਨਾਂ ਨੇ ਆਖਿਆ ਕਿ ਦਿੱਲੀ ਦੇ ਲੋਕਾਂ ਨੂੰ ਅਸੀਂ ਮੁਫਤ ਬਿਜਲੀ ਦਿਆਂਗੇ ਪਰ ਕਹਿੰਦੇ ਅਸੀਂ ਦਿੱਲੀ ਦੇ ਲੋਕਾਂ ਤੋਂ ਪਤਾ ਕੀਤਾ ਕਿ ਦਿੱਲੀ ਦੇ ਲੋਕ ਤਾਂ ਸੱਚਮੁੱਚ ਕੇਜਰੀਵਾਲ ਤੋਂ ਦੁਖੀ ਬਹੁਤ ਨੇ ਉਹ ਕਹਿੰਦੇ ਦਿੱਲੀ 'ਚ 200 ਯੂਨਿਟ ਮਾਫ ਕਰਨ ਦੀ ਗੱਲ ਆਖੀ ਪਰ ਜੇਕਰ 201 ਹੋ ਜੇ ਤਾਂ ਬਿੱਲ ਪੂਰਾ ਦੇਣਾ ਪੈਂਦਾ ਹੁਣ ਮੈਂ ਜੇ ਦਿੱਲੀ ਵਿੱਚੋਂ ਕੋਈ ਦੇਖ ਰਿਹਾ ਵਾਂ ਉਹਨੂੰ ਬੇਨਤੀ ਕਰਨੀ ਚਾਹੁੰਦਾ ਕਿ ਹੇਠਾਂ ਕਮੈਂਟ ਟਿੱਪਣੀ ਜ਼ਰੂਰ ਕਰਿਓ ਕਿ ਸੱਚਮੁੱਚ ਦਿੱਲੀ ਦੇ ਲੋਕ ਕੇਜਰੀਵਾਲ ਤੋਂ ਕਿੰਨੇ ਕੁ ਦੁਖੀ ਨੇ ਉਹ ਕਹਿੰਦਾ ਜਦੋਂ ਕੇਜਰੀਵਾਲ ਪੰਜਾਬ ਆਇਆ ਤਾਂ ਉਹਨੇ ਕਿਹਾ ਮੈਂ ਇੱਕ ਸਿੱਖ ਨੂੰ ਮੁੱਖ ਮੰਤਰੀ ਬਣਾਵਾਗਾ ਪਰ ਸੁਖਬੀਰ ਬਾਦਲ ਨੇ ਮੈਂ ਪੁੱਛਣਾ ਚਾਹੁੰਦਾ ਕਿ ਦਿੱਲੀ 'ਚ ਕੋਈ ਸਰਦਾਰ ਕੋਈ ਸਿੱਖ ਉਹਨੇ ਮੁੱਖ ਮੰਤਰੀ ਕਿਉਂ ਨਹੀਂ ਬਣਾਇਆ ਕੋਈ ਮੰਤਰੀ ਕਿਉਂ ਨਹੀਂ ਬਣਾਇਆ ਫਿਰ ਉਹਨਾਂ ਨੇ ਕੈਪਟਨ ਸਾਹਿਬ ਦੀ ਗੱਲ ਕੀਤੀ ਕਹਿੰਦੇ ਕੈਪਟਨ ਅਮਰਿੰਦਰ ਸਿੰਘ ਨੇ ਗੁਟਕਾ ਸਾਬ ਹੱਥ ਵਿੱਚ ਫੜ ਕੇ ਸੌਂ ਖਾਦੀ ਕਿ ਚਾਰ ਹਫਤਿਆਂ ਦੇ ਵਿੱਚ ਪੰਜਾਬ ਦੇ ਵਿੱਚੋਂ ਨਸ਼ਾ ਬੰਦ ਕਰ ਦਿਊਗਾ ਉਹ ਕਹਿੰਦੇ ਦੱਸੋ ਨਸ਼ਾ ਬੰਦ ਕਰ ਦਿੱਤਾ ਸਭ ਕੁਝ ਉਵੇਂ ਚੱਲ ਰਿਹਾ ਉਹ ਕਹਿੰਦੇ ਅਕਾਲੀ ਦਲ ਦੇ ਕਿਸੇ ਵੀ ਲੀਡਰ ਨੇ ਅੱਜ ਤੱਕ ਝੂਠੀ ਸੌਂ ਖਾਦੀ ਹੋਣੀ ਜੋ ਕਿਹਾ ਆਪਣੇ ਦਮ ਤੇ ਕਿਹਾ ਕਹਿੰਦੇ ਜਿਨ੍ਹਾਂ ਮੰਤਰੀ ਨੇ ਪੰਜਾਬ ਦੇ ਖਜ਼ਾਨੇ ਨੂੰ ਖਾਲੀ ਕੀਤਾ ਜ਼ਮੀਨਾਂ ਵੇਚੀਆਂ ਨੇ ਐਸਸੀ ਵਿਦਿਆਰਥੀਆਂ ਦੇ ਪੈਸੇ ਤੇ ਲੇਖਾਦੇ ਨੇ ਉਹਨਾਂ ਤੇ ਅਸੀਂ ਕਾਰਵਾਈ ਕਰਾਂਗੇ ਹੁਣ ਜਿਹੜੇ ਉਹ ਖਜ਼ਾਨੇ ਖਾਲੀ ਦੀ ਗੱਲ ਕਰ ਗਏ ਇਹਨਾਂ ਦੇ ਕਜ਼ਨ ਬਰਾਦਰੀ ਨੇ ਮਨਪ੍ਰੀਤ ਬਾਦਲ ਇਹਨਾਂ ਦੀ ਸਰਕਾਰ ਦੇ ਵਿੱਚ ਖਜ਼ਾਨਾ ਮੰਤਰੀ ਵੀ ਹੁੰਦੇ ਸੀ ਖਜ਼ਾਨਾ ਤਾਂ ਉਹਦੋਂ ਵੀ ਖਾਲੀ ਸੀ ਇਹ ਵੀ ਕਹਿੰਦੇ ਹੁੰਦੇ ਸੀ ਭਾਈ ਖਜ਼ਾਨਾ ਖਾਲੀ ਹੈ ਸੋ ਗੱਲਾਂ ਕੁਝਕ ਜਿਹੜੀਆਂ ਕੀਤੀਆਂ ਨੇ ਕਿ ਝੂਠਾ ਕੌਣ ਹੈ ਸੱਚਾ ਕੌਣ ਹੈ ਝੂਠ ਬੋਲਣ ਦੇ ਵਿੱਚ ਤਾਂ ਮੈਨੂੰ ਲੱਗਦਾ 19 21 ਦਾ ਫਰਕ ਵੀ ਨਹੀਂ ਹੋਣਾ ਫੈਸਲਾ ਦਰਸ਼ਕਾਂ ਦਾ ਪਰ ਸੱਚਮੁੱਚ ਉਹਨਾਂ ਨੇ ਛੱਡਿਆ ਕੋਈ ਨਹੀਂ ਆਉਣ ਵਾਲੇ ਦਿਨਾਂ ਵਿੱਚ ਵੇਖਦੇ ਹਾਂ ਕਿ ਇਹਨਾਂ ਦਾ ਜਵਾਬ ਭਗਵੰਤ ਮਾਨ ਕੀ ਦਿੰਦੇ ਨੇ ਕੇਜਰੀਵਾਲ ਕੀ ਦਿੰਦੇ ਨੇ ਕੈਪਟਨ ਅਮਰਿੰਦਰ ਸਿੰਘ ਕੀ ਦਿੰਦੇ ਨੇ ਦੋਸਤੋ ਕੁੱਲ ਮਿਲਾ ਕੇ ਇਹ ਸੀ ਆਪਣਾ ਅੱਜ ਦਾ ਪ੍ਰੋਗਰਾਮ ਉਮੀਦ ਕਰ ਰਹੇ ਹਾਂ ਕਿ ਤੁਹਾਨੂੰ ਚੰਗਾ ਲੱਗਿਆ ਹੋਵੇਗਾ ਜੇਕਰ ਪ੍ਰੋਗਰਾਮ ਸੱਚਮੁੱਚ ਚੰਗਾ ਲੱਗਿਆ ਤਾਂ ਕਿਰਪਾ ਕਰਕੇ ਲਾਈਕ ਵੀ ਕਰ ਦੇਣਾ ਤੇ ਸ਼ੇਅਰ ਵੀ ਕਰ ਦੇਣਾ ਤੇ ਜੇਕਰ ਹਾਲੇ ਤੱਕ ਤੁਸੀਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਜ਼ਰੂਰ ਔਨ ਕਰ ਲੈਣੀ ਸਮਾਪਤ ਹੈ ਜਾਂ ਤੋ ਪਹਿਲਾ ਕਹਾਗਾ ਜ਼ਿੰਦਗੀ ਜਿੰਦਾਦਲੀ ਦਾ ਨਾਮ ਹੈ ਦਵਿੰਦਰ ਸਿੰਘ ਬੈਣੀਪਾਲੂ ਆਗਿਆ ਦਿਓ ਸਤਿ ਸ਼੍ਰੀ ਅਕਾਲ ਤੇਰਾ ਪ੍ਰਖਾ